ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਮੈਂ ਡਾਕਟਰ ਹਰਮਨ। ਦੋਸਤੋ, ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜੀ ਸ਼ੂਗਰ ਦੀ ਅਸੀਂ ਗੋਲੀ ਖਾਂਦੇ ਹਾਂ ਮੈਟਫੋਰਮਿਨ ਜਾਂ ਗਲੀਮਿਪ੍ਰਾਈਡ, ਉਹਨੂੰ ਅਸੀਂ ਕਿਵੇਂ ਬੰਦ ਕੀਤਾ ਜਾ ਸਕਦਾ ਤਾਂ ਗੋਲੀ ਤੋਂ ਬਿਨਾਂ ਸ਼ੂਗਰ ਨੂੰ ਕਿਵੇਂ ਠੀਕ ਕਰੀਏ। ਸੋ ਸ਼ੂਗਰ ਦੇ ਇਲਾਜ ਬਾਰੇ ਮੈਂ ਜਾਣਕਾਰੀ ਦਊਂਗਾ। ਸਾਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ, ਵੀਡੀਓ ਨਾਲ ਜੁੜੇ ਰਹੋ ਅਤੇ ਇਹਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ। ਚਲੋ ਹੁਣ ਅਸੀਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸ਼ੁਰੂ ਕਰਦੇ ਹਾਂ ਵੀ ਸਾਨੂੰ ਸ਼ੂਗਰ ਹੁੰਦੀ ਕਿਉਂ ਆ, ਇਹਦਾ ਕਾਰਨ ਕੀ ਆ। ਅਸੀਂ ਟਾਈਪ 2 ਡਾਇਬਟੀਜ਼ ਮਲਾਈਟਸ, ਜਿਹੜਾ ਬੜਾ ਮਤਲਬ ਜ਼ਿਆਦਾਤਰ ਲੋਕਾਂ 'ਚ ਪਾਈ ਜਾਂਦੀ ਆ ਸ਼ੂਗਰ ਦੀ ਇਹ ਬਿਮਾਰੀ ਜਿਹੜੀ ਕਾਮਨ ਆ, ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ। ਦੇਖੋ ਜੀ, ਜਿਹੜੀ ਇਹ ਟਾਈਪ 2 ਡਾਇਮਲਾਈਟਸ 'ਚ ਕੀ ਹੁੰਦਾ, ਜਿਹੜੇ ਇਨਸੁਲਿਨ ਦੇ ਰਿਸੈਪਟਰ ਹੁੰਦੇ ਆ ਉਹ ਖਰਾਬ ਹੋ ਜਾਂਦੇ ਆ। ਇਹ ਰਿਸੈਪਟਰ ਹੁੰਦੇ ਕਿੱਥੇ ਆ, ਵੈਸੇ ਤਾਂ ਪੂਰੀ ਬਾਡੀ 'ਚ ਹੁੰਦੇ ਆ। ਇਹ ਜਿਹੜੇ ਸਾਡੇ ਜਿੱਦਾਂ ਮਸਲ ਹੁੰਦੇ, ਮਾਸਪੇਸ਼ੀਆਂ 'ਚ ਪਾਏ ਜਾਂਦੇ ਇਨਸੁਲਿਨ ਦੇ ਰਿਸੈਪਟਰ। ਮੈਂ ਤੁਹਾਨੂੰ ਸਰਲ ਭਾਸ਼ਾ 'ਚ ਦੱਸਦਾ, ਇਨਸੁਲਿਨ ਦਾ ਕੰਮ ਕੀ ਹੁੰਦਾ, ਇਹ ਸਾਡੇ ਸਰੀਰ 'ਚ ਜਿਹੜੀ ਸ਼ੂਗਰ ਆ ਵਾਧੂ, ਉਹਨੂੰ ਇਹ ਖਤਮ ਕਰਦਾ ਹੈ। ਮੈਂ ਤੁਹਾਨੂੰ ਸੌਖੀ ਭਾਸ਼ਾ ਦੱਸਦਾ, ਜਿੱਦਾਂ ਇਹ ਮੰਨ ਲਓ ਕਾਰ ਦੀ ਚਾਬੀ ਆ, ਇਹ ਇਨਸੁਲਿਨ ਹੋ ਗਈ, ਤੇ ਜਿਹੜੀ ਜਗ੍ਹਾ ਤੇ ਚਾਬੀ ਨੇ ਲੱਗਣਾ ਹੈ ਉਹ ਹੋ ਗਿਆ ਇਨਸੁਲਿਨ ਰਿਸੈਪਟਰ, ਤੇ ਜਿਹੜਾ ਪੈਟਰੋਲ ਹੋ ਗਿਆ ਉਹ ਹੋ ਗਈ ਵਾਧੂ ਸ਼ੂਗਰ। ਤਾਂ ਜਿੰਨਾ ਚਿਰ ਕਾਰ ਦੀ ਚਾਬੀ ਇਸ ਜਗ੍ਹਾ ਤੇ ਲੱਗ ਕੇ ਇਹਨੂੰ ਘੁਮਾਵਾਂਗੇ ਨਹੀਂ, ਉਹਨਾਂ ਚਿਰ ਗੱਡੀ ਸਟਾਰਟ ਨਹੀਂ ਹੋਊਗੀ ਤੇ ਪੈਟਰੋਲ ਬਲੂਗਾ ਨਹੀਂ, ਮਤਲਬ ਸ਼ੂਗਰ ਖਤਮ ਨਹੀਂ ਹੋਊਗੀ ਸਰੀਰ ਚੋਂ। ਸੋ ਇਹ ਸ਼ੂਗਰ ਦੀ ਬਿਮਾਰੀ ਟਾਈਪ 2 ਡਾਇਬਟੀਜ਼ ਮਲਾਈਟਸ ਵਿੱਚ ਕੀ ਹੁੰਦਾ, ਇਹ ਜਿਹੜੇ ਜਿਹੜੀਆਂ ਥਾਵਾਂ ਹੈ ਜਿਨ੍ਹਾਂ 'ਤੇ ਇਨਸੁਲਿਨ ਨੇ ਜਾ ਕੇ ਲੱਗਣਾ ਹੈ ਉਹ ਖਰਾਬ ਹੋ ਜਾਂਦੀਆਂ ਹੈ, ਜਿਹੜੀਆਂ ਕਿ ਹੁੰਦੀਆਂ ਸਾਡੇ ਆ ਸਾਰੇ ਮਸਲਾਂ 'ਚ, ਮਾਸਪੇਸ਼ੀਆਂ 'ਚ, ਜਿਹਨੂੰ ਅਸੀਂ ਪੰਜਾਬੀ 'ਚ ਮਾਸਪੇਸ਼ੀਆਂ ਕਹਿੰਦੇ ਹਾਂ। ਸੋ ਇਹ ਖਰਾਬ ਹੋ ਜਾਂਦੀਆਂ, ਉਸ ਤੋਂ ਬਾਅਦ ਜਿਹੜੀ ਅਸੀਂ ਖਾਣਾ ਖਾਂਦੇ ਹਾਂ ਉਹਦੀ ਸ਼ੂਗਰ ਬਣਦੀ ਆ, ਜਾਂ ਅਸੀਂ ਕੋਈ ਮਿੱਠਾ ਖਾਂਦੇ ਹਾਂ ਤਾਂ ਉਹ ਸ਼ੂਗਰ ਨੂੰ ਉਹਦੀ ਮਤਲਬ ਸ਼ੂਗਰ ਕੰਜ਼ਪਸ਼ਨ ਨਹੀਂ ਹੁੰਦੀ, ਉਹ ਬਲਦੀ ਨਹੀਂ ਗੀ ਸਰੀਰ 'ਚੋਂ, ਉਵੇਂ ਹੀ ਖੂਨ 'ਚ ਵਾਧੂ ਪਈ ਰਹਿੰਦੀ ਆ ਅਤੇ ਖੂਨ 'ਚ ਵੱਧ ਜਾਂਦੀ ਉਹਦੀ ਮਾਤਰਾ, ਅਤੇ ਸਾਨੂੰ ਸ਼ੂਗਰ ਦੀ ਬਿਮਾਰੀ ਹੋ ਜਾਂਦੀ, ਜਿਹੜੀ ਅੱਗੇ ਜਾ ਕੇ ਸਾਰੇ ਸਾਡੇ ਅੰਗ ਖਰਾਬ ਕਰਦੀ, ਦਿਲ 'ਤੇ ਅਸਰ ਪਾਉਂਦੀ, ਲਿਵਰ 'ਤੇ, ਕਿਡਨੀਆਂ 'ਤੇ, ਹੌਲੀ ਹੌਲੀ ਅੱਖਾਂ 'ਤੇ ਵੀ, ਰਟੀਨੇ ਨੂੰ ਡੈਮੇਜ ਕਰਦੀ ਆ। ਸੋ ਅੱਜ ਮੈਂ ਤੁਹਾਨੂੰ ਦੱਸੂਗਾ ਵੀ ਹੁਣ ਅੱਗੇ ਆਪਾਂ ਜਾ ਰਹੇ ਹਾਂ ਵੀ ਮੈਟਫੋਰਮਿਨ ਜਿਹੜੀ ਅਸੀਂ ਗੋਲੀ ਖਾਂਦੇ ਹਾਂ ਕਾਮਨਲੀ, ਸਾਰੇ ਸ਼ੂਗਰ ਤੋਂ ਇਹੀ ਗੋਲੀ ਖਾਂਦੇ ਆ, ਅਤੇ ਇਹਦਾ ਕੰਮ ਕੀ ਹੁੰਦਾ, ਇਹਦਾ ਕੰਮ ਹੁੰਦਾ ਇਹ ਜਿਹੜੀ ਮੈਟਫੋਰਮਿਨ ਦੀ ਗੋਲੀ ਹੈ 12 ਘੰਟੇ ਲਈ ਜਿਹੜੇ ਇਨਸੁਲਿਨ ਦੇ ਰਿਸੈਪਟਰ ਆ ਉਹਨਾਂ ਨੂੰ ਕਹਿ ਲਓ ਵੀ ਬੂਸਟ ਕਰ ਦਿੰਦੀ ਆ, ਉਹਨਾਂ ਦੀ ਸੈਂਸਿਟੀਵਿਟੀ ਇਨਸੁਲਿਨ ਦੀ, ਸਰਲ ਭਾਸ਼ਾ 'ਚ ਕਹਿ ਲਓ ਵੀ ਉਹ 12 ਘੰਟੇ ਲਈ ਇਹ ਜਿਹੜੀਆਂ ਥਾਵਾਂ ਹੈ ਜਿਨ੍ਹਾਂ 'ਤੇ ਇਨਸੁਲਿਨ ਨੇ ਜਾ ਕੇ ਲੱਗਣਾ ਹੈ ਅਤੇ ਆਪਦਾ ਕੰਮ ਸ਼ੁਰੂ ਕਰਨਾ ਹੈ, ਉਹਨਾਂ ਨੂੰ ਮਤਲਬ ਐਕਟੀਵੇਟ ਕਰ ਦਿੰਦੀ ਆ, ਉਹਨਾਂ ਨੂੰ ਸਹੀ ਕਰ ਦਿੰਦੀ 12 ਘੰਟੇ ਦੇ ਲਈ। ਤਾਂ ਹੁਣ ਜਦੋਂ ਇਨਸਾਨ ਦੀ ਜਿਹੜੀ ਵਾਧੂ ਖੂਨ 'ਚ ਸ਼ੂਗਰ ਆ ਉਹ ਬਲ ਜਾਂਦੀ ਆ, ਜਿੱਦਾਂ ਮੰਨ ਲਓ ਕਾਰ 'ਚ ਇੰਧਨ ਜਿਵੇਂ ਬਲਦਾ ਉਵੇਂ, ਤਾਂ ਹੁਣ ਜੇ ਅਸੀਂ ਇਹ ਗੋਲੀ ਨਾ ਖਾਈਏ ਤਾਂ ਇਹ ਬੂਸਟ ਨਹੀਂ ਹੋਊਗੀ। ਤਾਂ ਬਿਨਾਂ ਗੋਲੀ ਤੋਂ ਇਹਨੂੰ ਕਿਵੇਂ ਬੂਸਟ ਕੀਤਾ ਜਾ ਸਕਦਾ, ਮੈਂ ਅੱਜ ਉਹਦੇ ਬਾਰੇ ਜਾਣਕਾਰੀ ਦਊਂਗਾ। ਹੁਣ ਅਸੀਂ ਆਓ ਮੁੱਦੇ ਦੀ ਜਿਹੜੀ ਅਸੀਂ ਗੱਲ ਕਰਨੀ ਆ। ਦੇਖੋ ਜੀ, ਜਦੋਂ ਇਨਸਾਨ ਐਕਸਰਸਾਈਜ਼ ਕਰਦਾ ਤਾਂ ਉਹਦੀ ਐਕਸਰਸਾਈਜ਼ ਕਰਨ ਨਾਲ, ਜੇ ਇਨਸਾਨ 30 ਤੋਂ 40 ਮਿੰਟ ਐਕਸਰਸਾਈਜ਼ ਕਰਦਾ ਹੈ ਤਾਂ ਉਹਦੇ ਨਾਲ ਇਹ ਜਿਹੜੀਆਂ ਥਾਵਾਂ ਹੈ ਜਿਨ੍ਹਾਂ 'ਤੇ ਇਨਸੁਲਿਨ ਕੰਮ ਕਰਦਾ, ਇਹ 12 ਘੰਟੇ ਦੀ ਬਜਾਏ ਗੋਲੀ 12 ਘੰਟੇ ਐਕਟੀਵੇਟ ਰੱਖਦੀ ਹੈ, 16 ਘੰਟੇ ਐਕਟੀਵੇਟ ਰਹਿੰਦੀਆਂ ਇਹ ਥਾਵਾਂ ਸਿਰਫ ਅਤੇ ਸਿਰਫ ਐਕਸਰਸਾਈਜ਼ ਨਾਲ। ਹੁਣ ਉਹ ਮੈਟਫੋਰਮਿਨ ਗੋਲੀ ਦਾ ਕੰਮ ਇੱਥੇ ਐਕਸਰਸਾਈਜ਼ ਕਰ ਰਹੀ ਆ, ਸੋ 16 ਘੰਟੇ ਥਾਵਾਂ ਐਕਟੀਵੇਟ ਰਹਿੰਦੀਆਂ, ਅਤੇ ਜਿਹੜਾ ਜਿਹਨੂੰ ਆਪਾਂ ਗੱਡੀ 'ਚ ਫਿਊਲ ਕਹਿੰਦੇ ਹਾਂ, ਵਾਧੂ ਜਿਹੜੀ ਗਲੂਕੋਜ਼ ਆ ਉਹ ਐਕਸਰਸਾਈਜ਼ ਕਰਨ ਨਾਲ ਬਲ ਜਾਂਦੀ ਆ ਅਤੇ ਸ਼ੂਗਰ ਤੁਹਾਡੀ ਡਾਊਨ ਆ ਜਾਂਦੀ ਆ। ਜੇ ਇਨਸਾਨ ਡੇਲੀ 30 ਤੋਂ 40 ਮਿੰਟ ਐਕਸਰਸਾਈਜ਼ ਕਰੂਗਾ ਤਾਂ ਉਹਦੀ ਸ਼ੂਗਰ ਆਟੋਮੈਟਿਕਲੀ ਨੋਰਮਲ ਆਊਗੀ। ਹੁਣ
ਉਹਨੂੰ ਗੋਲੀ ਖਾਣ ਦੀ ਵੈਸੇ ਹੀ ਨਹੀਂ ਲੋੜ ਪੈਣੀ ਜਦੋਂ ਉਹਦੀ ਸ਼ੂਗਰ ਨੋਰਮਲ ਉੱਤੇ ਆ ਗਈ ਆ ਜਗ੍ਹਾ ਤੇ। ਹੁਣ ਇਸ ਤੋਂ ਬਾਅਦ ਐਕਸਰਸਾਈਜ਼ ਤੋਂ ਅਗਲਾ ਪੁਆਇੰਟ ਹੈਗਾ ਸਲਾਦ। ਸਲਾਦ ਦਾ ਵੀ ਬਹੁਤ ਅਹਿਮ ਹੈਗਾ ਸ਼ੂਗਰ ਦੀ ਬਿਮਾਰੀ 'ਚ ਰੋਲ, ਕਿਉਂਕਿ ਜ਼ਿਆਦਾਤਰ ਸ਼ੂਗਰ ਦੇ ਪੇਸ਼ੈਂਟ ਆ ਕੇ ਕੰਪਲੇਂਟ ਕਰਦੇ ਆ, ਉਹਨਾਂ ਦੀ ਪਰੇਸ਼ਾਨੀ ਇਹ ਹੁੰਦੀ ਆ ਵੀ ਸਾਨੂੰ ਭੁੱਖ ਬਹੁਤ ਲੱਗਦੀ ਆ ਅਤੇ ਸਾਨੂੰ ਖਾਣਾ ਵਾਰ ਵਾਰ ਖਾਣਾ ਪੈਂਦਾ। ਜਦੋਂ ਮਰੀਜ਼ ਖਾਣਾ ਵਾਰ ਵਾਰ ਖਾਂਦਾ ਤਾਂ ਉਹਦਾ ਆਟੋਮੈਟਿਕਲੀ ਸ਼ੂਗਰ ਲੈਵਲ ਵੱਧ ਜਾਂਦਾ, ਕਿਉਂਕਿ ਉਹਦੇ ਰਿਸੈਪਟਰ ਪਹਿਲਾਂ ਹੀ ਖਰਾਬ ਹੋ ਚੁੱਕੇ ਆ, ਇਨਸੁਲਿਨ ਰਿਸੈਪਟਰ। ਸੋ ਇਸ ਦਿੱਕਤ ਨੂੰ ਅਸੀਂ ਕਿਵੇਂ ਠੀਕ ਕਰ ਸਕਦੇ ਹਾਂ, ਕਿਉਂਕਿ ਜਿਹੜੀ ਖੋਹ ਪੈਂਦੀ ਸ਼ੂਗਰ ਦੇ ਮਰੀਜ਼ ਨੂੰ ਉਹ ਅਸੀਂ ਇੱਦਾਂ ਠੀਕ ਕਰ ਸਕਦੇ ਹਾਂ, ਘੱਟੋ ਘੱਟ 200 ਤੋਂ 300 ਗ੍ਰਾਮ ਮਰੀਜ਼ ਨੇ ਸਲਾਦ ਖਾਣਾ। ਇਹ ਸਲਾਦ ਕੀ ਕਰਦਾ, ਜਿਹੜੇ ਭੁੱਖ ਦੇ ਰਿਸੈਪਟਰ ਆ ਸਾਡੇ ਪੇਟ ਵਿੱਚ ਉਹਨਾਂ ਨੂੰ ਇਹ ਡੀਐਕਟੀਵੇਟ ਕਰ ਦਿੰਦਾ। ਮਤਲਬ ਸਲਾਦ ਜਦੋਂ ਅਸੀਂ ਖਾਂਦੇ ਹਾਂ ਇਹ ਭੁੱਖ ਨਹੀਂ ਲੱਗਣ ਦਿੰਦਾ, ਜੇ ਅਸੀਂ ਸਰਲ ਭਾਸ਼ਾ 'ਚ ਵੇਖੀਏ। ਹੁਣ ਕਈ ਮਰੀਜ਼ ਆ ਕੇ ਕਹਿਣਗੇ ਜੀ ਅਸੀਂ ਗਰੀਬ ਹਾਂ ਅਸੀਂ ਸਲਾਦ ਨਹੀਂ ਖਾ ਸਕਦੇ। ਦੋਸਤੋ ਸਿਰਫ ਬਾਜ਼ਾਰ 'ਚੋਂ 10 ਰੁਪਏ ਦੇ ਬੀਜ ਆ ਜਾਂਦੇ ਆ, ਗਾਜਰ ਮੂਲੀ ਖੀਰੇ ਟਮਾਟਰ ਇਹਨਾਂ ਦੇ ਬੀਜ ਆ ਜਾਂਦੇ, ਅਤੇ ਸਿਰਫ ਮੰਜੇ ਜਿੰਨੀ ਇੱਕ ਜਗ੍ਹਾ ਚਾਹੀਦੀ ਆ, 2x2 ਫੁੱਟ ਦੀ ਜਗ੍ਹਾ ਚਾਹੀਦੀ ਆ ਜਿਹਦੇ 'ਤੇ ਅਸੀਂ ਇਹ ਸਬਜ਼ੀਆਂ ਉਗਾ ਸਕਦੇ ਹਾਂ, ਸਲਾਦ ਉਗਾ ਸਕਦੇ ਹਾਂ। ਸੋ ਇਹ ਕੋਈ ਬਹੁਤਾ ਵੱਡੀ ਇਹ 'ਚ ਕੋਈ ਸਾਇੰਸ ਦੀ ਲੋੜ ਹੈ ਨਹੀਂ ਗੀ। ਸੋ ਮਰੀਜ਼ ਜਿਹੜੇ ਆਮ ਗਰੀਬ ਲੋਕ ਵੀ ਆ ਉਹ ਬੀਜ ਲੈ ਕੇ ਖੁਦ ਸਲਾਦ ਉਗਾ ਕੇ ਖਾ ਸਕਦੇ ਆ। ਸੋ ਤੁਹਾਡੇ ਡੇਲੀ ਡਾਇਟ ਵਿੱਚ ਇੱਕ ਟਾਈਮ ਦੀ ਮੀਲ 'ਚ 200 ਤੋਂ 300 ਗ੍ਰਾਮ ਸਲਾਦ, ਜਿਹ 'ਚੋਂ ਕਹਿ ਲਓ ਵੀ ਦੋ ਐ ਨਹੀਂ ਵੀ ਇੱਕ ਖੀਰਾ ਕੱਟ ਲਿਆ ਅਤੇ ਉਹ ਸਾਰੇ ਪਰਿਵਾਰ ਨੂੰ 2-2 ਫਾੜੀਆਂ ਦੇ ਦਿੱਤੀਆਂ, ਨਹੀਂ। ਇੱਕ ਇਨਸਾਨ ਜਿਹਨੂੰ ਸ਼ੂਗਰ ਆ ਉਹ ਘੱਟੋ ਘੱਟ 2 ਖੀਰੇ 2 ਟਮਾਟਰ, ਟਮਾਟਰ ਵੀ ਬੀਜ ਕੱਢੇ ਤੋਂ ਬਿਨਾਂ ਹੋ ਜਾਣ ਤਾਂ ਜ਼ਿਆਦਾ ਵਧੀਆ, ਨਾਲ ਪਿਆਜ਼ ਖਾਓ ਤਾਂ ਬਹੁਤ ਵਧੀਆ ਰਹਿੰਦਾ। ਇਹਦੇ ਨਾਲ ਤਾਂ ਇੱਕ ਤਾਂ ਤੁਹਾਨੂੰ ਭੁੱਖ ਨਹੀਂ ਲੱਗੂਗੀ, ਕਿਉਂਕਿ ਉਹ ਰਿਸੈਪਟਰ ਪਹਿਲਾਂ ਹੀ ਉਹ ਸਪਰੈਸ ਹੋ ਜਾਣਗੇ ਇਹਦੇ ਨਾਲ, ਅਤੇ ਤੁਹਾਡੀ ਜਿਹੜੀ ਪ੍ਰੋਬਲਮ ਆ ਵੱਧ ਭੁੱਖ ਲੱਗਣ ਦੀ ਉਹ ਠੀਕ ਹੋ ਜੂਗੀ, ਅਤੇ ਇਹਦੇ ਨਾਲ ਤੁਹਾਡੀ ਸ਼ੂਗਰ ਵੀ ਕੰਟਰੋਲ ਰਹੂਗੀ। ਸੋ ਦੋਸਤੋ ਇਹ ਜਿਹੜੀ ਜਾਣਕਾਰੀ ਆ ਇਹ ਸਭ ਤੋਂ ਪਹਿਲਾਂ ਮੇਨ ਗੱਲ ਆ ਵੀ ਤੁਹਾਡੀ HbA1c ਜਿਹੜਾ ਟੈਸਟ ਹੁੰਦਾ ਉਹਦੀ ਜਿਹੜੀ ਰੇਂਜ ਆ ਉਹ 10 ਤੋਂ ਥੱਲੇ ਹੋਣੀ ਚਾਹੀਦੀ ਆ, ਕਿਉਂਕਿ ਜੇ 10 ਤੋਂ ਉੱਤੇ ਆ ਤਾਂ ਅਸੀਂ ਉਹਨੂੰ ਇਨਸੁਲਿਨ ਰਿਕਮੈਂਡ ਕਰਦੇ ਹਾਂ ਡਾਕਟਰ, ਉਹਨੂੰ ਟੀਕਿਆਂ ਦੀ ਲੋੜ ਪੈਂਦੀ ਆ ਮਰੀਜ਼ ਨੂੰ। ਉਹ ਫਿਰ ਉਹ ਚਲੋ ਐਕਸਰਸਾਈਜ਼ ਤਾਂ ਕਰੀ ਜਾਵੇ ਪਰ ਫਿਰ ਬਿਨਾਂ ਟੀਕਿਆਂ ਤੋਂ ਉਹ ਠੀਕ ਨਹੀਂ ਹੋਊਗਾ ਮਰੀਜ਼, ਜੇ ਉਹਦਾ HbA1c 10 ਤੋਂ ਉੱਪਰ ਆ। ਸੋ ਇਹ ਚੀਜ਼ਾਂ ਤਾਂ ਲਾਗੂ ਹੁੰਦੀਆਂ ਜੇ HbA1c 10 ਤੋਂ ਥੱਲੇ ਆ, ਪਲੱਸ ਉਹਨੂੰ ਕੋਈ ਹਾਰਟ ਦੀ ਡਿਜ਼ੀਜ਼ ਨਾ ਹੋਵੇ, ਉਹਦੀ ECG ਨੋਰਮਲ ਹੋਵੇ। ਸੋ ਆਹ ਜਿਹੜੀ ਸ਼ੂਗਰ ਦੀ ਮੈਂ ਤੁਹਾਨੂੰ ਦਿੱਕਤ ਦੀ ਪਰੇਸ਼ਾਨੀ ਦੀ ਜਿਹੜਾ ਇਲਾਜ ਦੱਸਿਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਮੈਂ ਅੱਗੇ ਵੀ ਤੁਹਾਨੂੰ ਮੇਰੀ ਕੋਸ਼ਿਸ਼ ਹਰ ਰੋਜ਼ ਰਹਿੰਦੀ ਆ ਵੀ ਮੈਂ ਤੁਹਾਨੂੰ ਵੱਖ ਵੱਖ ਬਿਮਾਰੀਆਂ ਦੇ ਉਪਚਾਰ ਦੱਸਦਿਆ ਕਰਾਂ, ਇੱਦਾਂ ਵੀਡੀਓ ਨਾਲ ਸੌਖਾ ਹੋ ਜਾਂਦਾ, ਕਿਉਂਕਿ ਮਰੀਜ਼ ਵੀ ਬੜੇ ਆਉਂਦੇ ਹੋਸਪਿਟਲ। ਮੰਨ ਲਓ 6 ਘੰਟੇ 'ਚ ਅਸੀਂ 200 ਦੀ OPD ਵੇਖਦੇ ਹਾਂ ਤਾਂ 200 ਬੰਦੇ ਨੂੰ ਸਮਝਾਉਣਾ ਬਹੁਤ ਔਖਾ ਹੈ ਇਹਦੇ ਪਰਹੇਜ਼ ਸ਼ੂਗਰ ਬਾਰੇ ਦੱਸਣਾ, ਤਾਂ ਇੱਕ ਵੀਡੀਓ ਦੇ ਮਾਧਿਅਮ ਰਾਹੀਂ ਬੜਾ ਸੌਖਾ ਹੋ ਜਾਂਦਾ। ਪਰ ਇਹਨੂੰ ਸੌਖਾ ਤੁਸੀਂ ਕਰਨਾ ਆ ਵੀਡੀਓ ਨੂੰ ਸ਼ੇਅਰ ਕਰਕੇ, ਕਿਉਂਕਿ ਫਿਰ ਹੀ ਸੌਖਾ ਹੋਊਗਾ ਜੇ ਵੀਡੀਓ ਵੱਧ ਤੋਂ ਵੱਧ ਫੈਲੂਗੀ। ਸੋ ਫੋਨ ਕਾਲਸ ਵੀ ਜਿਹੜੀਆਂ ਆਉਂਦੀਆਂ ਹਰ ਬੰਦੇ ਨੂੰ ਸਮਝਾਉਣਾ ਦਿਨ 'ਚ ਔਖਾ ਹੁੰਦਾ ਸ਼ੂਗਰ ਬਾਰੇ। ਸੋ ਇਹ ਅੱਜ ਦਾ ਜਿਹੜਾ ਸੀਗਾ ਵੀਡੀਓ ਇਹ ਸ਼ੂਗਰ 'ਤੇ ਸੀਗੀ। ਸੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਇਹਨੂੰ ਅੱਗੇ ਸਪਰੈਡ ਕਰਿਓ। ਧੰਨਵਾਦ ਦੋਸਤੋ।